ਮਹਾਨ ਸ਼ਹੀਦ ਭਗਤ ਸਿੰਘ ਨੂੰ ਸਮੁੱਚਾ ਦੇਸ਼ ਸ਼ਰਧਾਂਜਲੀ ਭੇਟ ਕਰ ਰਿਹਾ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖੇਰਾ ਵੀ ਹੁਸੈਨਵਾਲਾ ਬਾਰਡਰ ਤੇ ਨਮਸਤਕ ਹੋਣ ਲਈ ਪੁੱਜੇ। ਇਸ ਉਪਰੰਤ ਉਹਨਾਂ ਨੇ ਫਰੀਦਕੋਟ ਵਿੱਚ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਰਾਜ ਨੇਤਾਵਾਂ ਡਰੱਗ ਦੇ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੀ ਸ਼ੁਰੂਆਤ ਕਰਨ ਅਤੇ ਸਭ ਤੋਂ ਪਹਿਲਾਂ ਉਹ CBI ਦੀ ਜਾਂਚ ਮੇਰੇ ਤੋਂ ਕਰਵਾਉਣ। ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਨਸ਼ੇ ਖਤਮ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ। ਇਸ ਦੇ ਨਾਲ ਹੀ ਲੰਗਰ ਤੋਂ GST ਮਾਫ਼ ਕੀਤੇ ਜਾਣ ਦੇ ਮਾਮਲੇ ਦਾ ਪੂਰਾ ਕ੍ਰੈਡਿਟ ਖੁਦ ਲੈਂਦੇ ਦਿਖਾਈ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ ਹੈ ਕਿ ਕੁੱਲ ਟੋਟਲ ਪੰਜਾਬ ਦੇ ਪੋਲੀਟੀਕਲ ਆਦਮੀਆਂ ਦੇ ਖਿਲਾਫ ਜਿਹੜੇ ਨਸ਼ਿਆਂ ਦੇ ਇਲਜ਼ਾਮ ਉਹਦੀ CBI ਜਾਂਚ ਕਰਾਓ, ਸ਼ੁਰੂ ਮੇਰੇ ਤੋਂ ਕਰੋ ਅਤੇ ਬਿਕਰਮ ਮਜੀਠੀਆ ਨੂੰ ਉਹਦੇ ਵਿੱਚ ਸ਼ਾਮਿਲ ਕਰੋ। ਹੁਣ ਤੁਸੀਂ ਮੇਰੇ ਜ਼ਰੀਏ ਪੁੱਛ ਲਓ ਬਿਕਰਮ ਨੂੰ ਕਿ ਖਹਿਰਾ ਤਾਂ ਤਿਆਰ ਆ CBI ਦੀ ਜਾਂਚ ਲਈ, ਕੀ ਤੁਸੀਂ CBI ਦੀ ਜਾਂਚ ਨਸ਼ਿਆਂ ਦੇ ਉੱਤੇ ਤਿਆਰ ਹੋ? ਤੁਹਾਨੂੰ ਆਪੇ ਪਤਾ ਲੱਗ ਜੂ ਕਿ ਬੀ ਟੀਮ ਕਾਂਗਰਸ ਦੀ ਕੌਣ ਹੈ। ਤਾਂ ਕਿ ਅੱਜ ਦੇ ਦਿਨ 'ਤੇ ਜਿਹੜੀ ਢੁੱਕਵੀਂ ਸ਼ਰਧਾਂਜਲੀ ਆ ਉਹ ਇੱਕ ਤਾਂ ਜਿਹੜਾ ਮੋਹਾਲੀ ਦਾ ਇੰਟਰਨੈਸ਼ਨਲ ਏਅਰਪੋਰਟ ਆ ਉਹਦਾ ਨਾਮ ਬਦਲ ਕੇ ਅਤੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆ ਜਾਣਾ ਚਾਹੀਦਾ ਤਾਂ ਕਿ ਦੁਨੀਆ ਭਰ ਦੇ ਵਿੱਚ ਇੰਟਰਨੈਸ਼ਨਲੀ ਉਹਨਾਂ ਦਾ ਨਾਮ ਜਾਵੇ, ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀਗੀ। ਜਿਸ ਵਕਤ ਜਿਸ ਢੰਗ ਦੇ ਨਾਲ ਉਹਨਾਂ ਦੀ ਕੁਰਬਾਨੀ ਹੋਈ ਆ ਔਰ ਜਿੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਆਪਣੇ ਆਪ ਵਿੱਚ ਲਸਾਨੀ ਕੁਰਬਾਨੀਆਂ। ਅਮਰਿੰਦਰ ਸਿੰਘ ਨੂੰ ਖੜ ਕੇ ਕਹਿਣਾ ਪਿਆ ਕਿ ਹਾਂਜੀ ਅਸੀਂ ਦਰਬਾਰ ਸਾਹਿਬ ਤੋਂ GST ਜਿਹੜੀ ਸਟੇਟ ਦਾ ਸ਼ੇਅਰ ਆ ਪੰਜਾਬ ਦਾ ਉਹ ਅਸੀਂ ਹਟਾਵਾਂਗੇ। ਔਰ ਉਸ ਤੋਂ ਬਾਅਦ ਮੈਂ ਫਿਰ ਇੱਕ ਅਗਲਾ ਸੁਝਾਅ ਦਿੱਤਾ ਕਿ ਹੁਣ ਮਤਾ ਪਾਸ ਕਰੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਤੇ ਮੋਦੀ ਸਾਹਿਬ ਨੂੰ ਭੇਜੋ ਕਿ ਅਸੀਂ ਮਾਫ਼ ਕਰਤਾ ਵਾ ਪੰਜਾਬ ਦਾ ਜਿਹੜਾ ਸ਼ੇਅਰ ਬਣਦਾ ਸੀ ਦਰਬਾਰ ਸਾਹਿਬ ਦੇ ਲੰਗਰ ਦੇ ਆਈਟਮਸ 'ਤੇ ਅਤੇ ਹੁਣ ਤੁਸੀਂ ਆਪਣਾ ਜਿਹੜਾ ਸ਼ੇਅਰ ਆ ਕੇਂਦਰ ਦੀ ਸਰਕਾਰ ਦਾ ਉਹ ਮਾਫ਼ ਕਰੋ। ਫਰੀਦਕੋਟ ਤੋਂ ਜਗਤਾਰ ਦੋਸਾਂਝ, GBA ਪੰਜਾਬ TV।